ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੋਸਤ ਅਤੇ ਹੋਸਟ ਨਿਊਜ਼ 18 ਪੰਜਾਬ ਤੋਂ। 99% ਜੇ ਜੈਨੂਅਨਲੀ ਕਹਾਂ, ਪੰਜਾਬ ਦਾ ਕਰਸ਼ ਹੈ ਮੈਂ ਸਿਰਾਈ ਹੈ ਐਕਚੁਅਲ। ਹਾਂ, ਸ਼ੁਦਾਈ ਵਾਲੀ ਹਰਕਤ ਆਪਣੇ ਆਪ ਨੂੰ ਕਿਹੜੀ ਮਾੜੀ ਲੱਗੇ ਕਿ ਬਈ ਇਹ ਤਾਂ ਸੱਚੀ ਮੇਰੀ ਹਰਕਤ ਬਹੁਤ ਮਾੜੀ ਸੀਗੀ, ਸ਼ੁਦਾਈਆਂ ਵਾਲੀ ਸੀਗੀ। ਨਹੀਂ, ਇੱਕ ਹੋਵੇ ਤਾਂ ਦੱਸਾਂ। ਬੜੀਆਂ ਐਸ ਬਹੁਤੀਆਂ, ਮੈਨੂੰ ਲੱਗਦਾ ਵੀ 99.99% ਦਾ ਕੈਮਰੇ ਤੇ ਦੱਸਣ ਵਾਲੀਆਂ ਨਹੀਂ। ਮੈਂ ਦੀ ਉੱਚੀ ਨਹੀਂ ਲਾ ਲਈਏ ਫੋਨ। ਓ ਗੋਡ, ਆਮ ਸੇਇੰਗ ਹੀ ਇਜ਼ ਅ ਵੈਰੀ ਗੁੱਡ ਐਕਟਰ, ਸਪੋਰਟਿੰਗ ਐਕਟਰ ਵੀ। ਆ ਚਾਹ ਦਾ ਸੜੂਕਾ ਸੁਣਾਓ ਮਾੜਾ ਜਿਹਾ। ਵਿਆਹ ਤੋਂ ਬਾਅਦ ਲਾਈਫ ਕਿੰਨੀ ਕੁ ਬਦਲੀ ਹੈ? ਹੁਣ ਮੈਨੂੰ ਚੈਨ ਜਿਹਾ ਆ ਗਿਆ, ਰਿਲੈਕਸ ਰਹਿੰਦੀ ਹਾਂ ਕਿ ਕੁਛ ਵੀ ਹੈ ਮੇਰੇ ਕੋਲ, ਕੋਈ ਹੈ ਜਿਹਨੂੰ ਮੈਂ ਕਹਿ ਸਕਦੀ ਹਾਂ ਆਹ ਕੰਮ ਕਰਨ ਵਾਲਾ ਕਰ ਲਈਏ, ਆਹ ਤੁਸੀਂ ਕਰ ਲਓ, ਮੈਂ ਕਰ ਲੈਂਦੀ ਹਾਂ। ਕਾਸ਼ ਇਹ ਸਵਾਲ ਸ਼ੇਖਰ ਨੂੰ ਪੁੱਛੋ। ਯਾਰ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਿਮਰਨ ਬਾਈ ਸ਼ੇਖਰ ਬਾਈ ਨੂੰ ਇੰਨਾ ਹਾਈਲਾਈਟ ਕਿਉਂ ਕਰ ਰਹੇ ਆ, ਕਿਉਂ ਕਰ ਰਹੇ ਆ? ਉਹ ਸ਼ਦਾਈ ਹੋਇਆ ਪਿਆ ਭਰਾ, ਇੰਟਰਵਿਊ ਦੀ ਅਸੀਂ ਕਲਿੱਪਾਂ ਕੱਟ ਕੱਟ ਕੇ ਸ਼ੇਖਰ ਬਾਈ ਨੂੰ ਪਰਸਨਲੀ ਸੈਂਡ ਕਰ ਰਹੇ ਨੇ ਕਿ ਭਾਜੀ ਤੁਸੀਂ ਕਰਤੂਤ ਦੱਸੋ ਅਸੀਂ ਕੀ ਕੀਤੀ ਹੈ। ਸ਼ੇਖਰ ਭਾਜੀ ਵਧੀਆ ਨੇ ਵੈਸੇ? ਮੇਰੇ ਵੱਲੋਂ ਤੇ ਮੈਂਡੀ ਜੀ ਵੱਲੋਂ, ਹਨਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਮੈਨੂੰ ਐ ਲੱਗਿਆ ਕਿ ਜਿਵੇਂ ਚੇਤਕ ਵਾਲੇ ਮੁੰਡੇ ਲਈ ਵਾਈਬ ਨਾ, ਉਹ ਹੈਗੀ ਆ ਬਾਈ। ਮੈਨੂੰ ਐ ਲੱਗਦਾ ਕਿ ਨਾ ਇਨਸਾਨ ਕੋਲੋਂ ਜਦੋਂ ਉਹ ਵਾਲੀ ਵਾਈਬ ਮੈਚ ਹੋਵੇ ਨਾ, ਪੁਰਾਣੇ ਸਮੇਂ ਵਾਲੀ, ਪੁਰਾਣੇ ਦੌਰ ਵਾਲੀ, ਉਦੋਂ ਮੈਂ ਵੀ ਛੋਟਾ ਹੀ ਸੀ। ਮੇਰੇ ਖਿਆਲ ਤੋਂ ਮੇਰਾ ਇੱਕ ਕੰਪਲੀਮੈਂਟ ਅੱਜ ਤੱਕ ਤੁਹਾਨੂੰ ਇਹੀ ਮਿਲਦਾ ਹੋਣਾ ਬਾਈ। ਜੀ 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 ਨਹੀਂ, ਚਲੋ ਸਿਹਤ ਦਾ ਧਿਆਨ ਰੱਖਣਾ ਚਾਹੀਦਾ, ਹਨਾ। ਡਿਪੈਂਡ ਕਰਦਾ ਤੁਹਾਡੇ ਕਿਹੋ ਜਿਹੇ ਪ੍ਰੋਫੈਸ਼ਨ 'ਚ ਤੁਸੀਂ। ਸੋ ਵਧੀਆ ਗੱਲ ਹੀ ਇਹ ਹੈ ਕਿ ਐਕਟਿੰਗ ਸਿੰਗਿੰਗ ਦੇ ਵਿੱਚ ਥੋੜ੍ਹਾ ਜਿਹਾ ਜਿਮ ਜਿਮ ਲਾ ਲਈਦਾ, ਡਾਇਟ ਠੀਕ ਕਰੀ ਰੱਖੀ ਦੀ ਆ। ਮੈਂ ਜੀ ਦੇਖ ਲਓ ਕਿੰਨੇ ਮਤਲਬ ਜਦੋਂ ਦੇ ਆਏ ਨੇ ਇੰਡਸਟਰੀ ਦੇ ਵਿੱਚ, ਹੋਰ ਸੋਹਣੇ ਸੋਹਣੇ ਹੁੰਦੇ ਜਾ ਰਹੇ ਨੇ, ਕਮਾਲ ਹੀ ਹੋ ਗਈ। ਨਹੀਂ, ਮੈਨੂੰ ਲੱਗਦਾ ਕਿ ਸੋਹਣੇ ਦੇ ਨਾਲ ਨਾਲ ਤੁਹਾਡੀ ਸੀਰਤ ਵੀ ਸੋਹਣੀ ਹੋਣੀ ਬਾਈ, ਬਹੁਤ ਜ਼ਰੂਰੀ ਹੈ। ਤੁਹਾਡੇ ਦੋਨਾਂ ਦੀ ਬਹੁਤ ਪਿਆਰੀ ਸੀਰਤ ਆ। ਬਿਲਕੁਲ, ਤੁਹਾਡੇ ਨਾਲ ਤਾਂ ਵਿਚਰਦਾ ਨਹੀਂ ਨਾ, ਸ਼ਾਇਦ ਹਰਸਿਮਰਨ ਬਾਈ ਨਾਲ ਆਪਣੀ ਮੁਲਾਕਾਤ ਪਹਿਲੀ ਆ, ਬਟ ਇਹ ਕੰਪਲੀਮੈਂਟ ਤੁਹਾਡੇ ਹਿੱਸੇ ਆ। ਥੈਂਕ ਯੂ, ਸਿੱਧਾ ਉਹਨਾਂ ਨੇ ਕਦੇ ਮਾਨ ਨਹੀਂ ਕੀਤਾ। ਥੈਂਕ ਯੂ। ਦਿਸ ਇਜ਼ ਹੈਵੀ ਹੈਵੀ। ਚਲੋ, ਪਹਿਲੀ ਗੱਲ ਤਾਂ ਮੈਂਡੀ ਜੀ ਮੁਬਾਰਕਾਂ ਵਿਆਹ ਦੀ। ਥੈਂਕ ਯੂ, ਥੈਂਕ ਯੂ। ਵਿਆਹ ਤੋਂ ਬਾਅਦ ਆਈ ਥਿੰਕ ਫਸਟ ਇੰਟਰਵਿਊ ਤੁਹਾਡਾ। ਹਾਂਜੀ, ਵਧੀਆ ਲਾਈਫ ਵਿਆਹ ਤੋਂ ਬਾਅਦ ਲਈ? ਆਸਕਰ ਸਿਮਰਨ ਹੀ ਇਜ਼ ਆਈ ਥਿੰਕ ਜ਼ਿਆਦਾ ਮਿਲਦੇ ਨੇ ਮੇਰੇ ਨਾਲੋਂ। ਮੈਨੂੰ ਕੀ ਪੁੱਛੋ, ਮੇਰੇ ਨਾਲ ਕਰਾਇਆ? ਮੇਰੇ ਨਾਲ ਕਰਾਇਆ ਆਸਕਰ ਸਿਮਰਨ? ਆਹੋ, ਅੱਛਾ, ਹਾਂ ਹਾਂ, ਓਹੋ ਹੋ 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 ਹੋ, ਨਹੀਂ ਬਸ ਕੀ ਦਸੀਏ। ਨਾ ਨਾ ਨਾ, ਇਟਸ ਗੁੱਡ, ਨਹੀਂ ਮੈਂ ਕਿਉਂਕਿ ਨਾ ਇਨਸਾਨ ਵਿਆਹ ਤੋਂ ਬਾਅਦ ਚੇਂਜ ਹੋ ਜਾਂਦਾ, ਬਟ ਬਦਲੇ ਨਹੀਂ ਤੁਸੀਂ ਯਾਰ। ਹੈਨਾ, ਬਦਲੇ ਲੈਣ ਲੱਗ ਗਈ ਨਾ ਹੁਣ। ਕਹਿੰਦੇ ਉਹ ਚੱਲ ਕੋਈ ਨੀ, ਫਨ ਚੱਲ ਨਹੀਂ। ਇਹਨਾਂ ਦੀ ਜੋੜੀ ਬਹੁਤ ਵਧੀਆ। ਇਹਨਾਂ ਨੇ ਕਿਉਂ ਕਿਹਾ, ਕਿਉਂਕਿ ਮੈਨੂੰ, ਮੈਂ ਸਾਰੇ ਫੰਕਸ਼ਨ ਅਟੈਂਡ ਕੀਤੇ ਇਹਨਾਂ ਦੇ ਵਿਆਹ ਦੇ, ਅਤੇ ਵਿੱਚ ਦੀ ਤਾਂ ਕਮੈਂਟ ਮੈਨੂੰ ਐਂ ਵੀ ਆਉਣ ਲੱਗ ਗਏ ਸੀ ਵੀ ਕਿਤੇ ਤੂੰ ਵੈਡਿੰਗ ਪਲੈਨਰ ਤਾਂ ਨਹੀਂ ਇਹਨਾਂ ਦਾ, ਈਵੈਂਟ ਔਰਗਨਾਈਜ਼ ਕੀਤਾ ਹੋਇਆ ਹਰਸਿਮਰਨ ਬਾਈ ਨੇ। ਸੋ ਨਾ ਨਾ, ਇਟ ਵਾਸ ਫਨ, ਐਂਡ ਇਹਨਾਂ ਦੇ ਹਸਬੈਂਡ ਹੀ ਇਜ਼ ਅ ਵੈਰੀ ਗੁੱਡ ਗਾਏ, ਬੜੀ ਓਬਵੀਅਸਲੀ ਇਹਨਾਂ ਨੂੰ ਸਪੋਰਟ ਕਰਦੇ ਆ, ਤਾਂ ਕਰਕੇ ਇਹਨਾਂ ਦੀ ਬੌਂਡਿੰਗ ਉਸ ਤਰੀਕੇ ਦੀ ਹੈ। ਉਹਨਾਂ ਦਾ ਪ੍ਰੋਫੈਸ਼ਨ ਹੋਰ ਹੈ, ਇਹਨਾਂ ਦਾ ਹੋਰ ਹੈ, ਅਤੇ ਪਰ ਮੇਰੇ ਕਲੋਜ਼ ਫਰੈਂਡ ਵੀ ਆ ਉਹ। ਸੋ ਹੀ ਇਜ਼ ਹੁਣ ਮੈਨੂੰ ਮੈਂਡੀ ਵੀ ਕਲੋਜ਼ ਆ ਮੇਰੇ, ਪਰ ਹੁਣ ਅਸੀਂ ਕਿਉਂਕਿ ਇਹਨਾਂ ਨੇ ਉਹ ਖਾਣੀ ਪੀਣ ਖਾਣਾ ਪੀਣਾ ਦਾ ਕੁਛ ਹੁੰਦਾ ਨਹੀਂ, ਹੁਣ ਫਿਰ ਅਸੀਂ ਬੈਠ ਜਾਂਦੇ ਨਹੀਂ, ਬਟ ਅੱਛਾ ਲੱਗਦਾ। ਐਂਡ ਇਸ ਮੁਲਾਕਾਤ ਦੀ ਖਾਸ ਗੱਲ ਇਹ ਆ ਬਾਈ
ਕਿ ਸ਼ੁਦਾਈ ਫਿਲਮ ਆ ਰਹੀ ਹੈ, ਮਿਸਟਰ ਸ਼ੁਦਾਈ ਫਿਲਮ, ਚਲੋ ਸਾਰਿਆਂ ਨੂੰ ਪਤਾ ਹੀ ਹੈ, ਬਟ ਇਸ ਚੀਜ਼ ਦੀ ਜ਼ਿਆਦਾ ਹੀ ਖੁਸ਼ੀ ਹੈ ਕਿ ਹਰਸਿਮਰਨ ਬਾਈ ਨੇ ਆਪਣੇ ਕੰਮ ਦੇ ਨਾਲ ਐਸਾ ਪਰੂਫ ਕੀਤਾ ਆ ਕਿ ਮੇਨ ਲੀਡ 'ਤੇ ਆਏ ਹਾਂ। ਮੁਬਾਰਕ। ਥੈਂਕ ਯੂ ਜੀ, ਥੈਂਕ ਯੂ। ਦੇਖੋ ਮਿਹਨਤ ਸਾਰੇ ਕਰਦੇ ਆ, ਬਸ ਕਿਸੇ ਦਾ ਐਪਰੀਸ਼ੀਏਟ ਹੋ ਜਾਂਦਾ, ਕੋਈ ਅੱਗੇ ਆ ਜਾਂਦਾ, ਕੋਈ ਨਹੀਂ, ਪਰ ਸਾਰਿਆਂ ਨੂੰ ਬੇਨਤੀ ਹੈ ਕਿ ਲੱਗੇ ਰਹੋ ਬਸ। ਕਿਸੇ ਦਾ ਇੱਥੇ ਕੋਈ ਟਾਈਮ ਸੈੱਟ ਨਹੀਂ ਹੈਗਾ, ਕੋਈ ਲਿਮਿਟ ਨਹੀਂ ਹੈਗੀ ਕਿਸੇ ਵੀ ਚੀਜ਼ ਦੀ, ਬਸ ਲੱਗੇ ਰਹੋ, ਟਾਈਮ ਆਉਂਦਾ। ਇਹਦਾ ਇੰਤਜ਼ਾਰ ਕਿੰਨਾ ਕੁ ਲੰਬਾ ਸੀਗਾ ਐਕਟਰ ਬਣਨ ਦਾ ਬਾਈ? ਇਹਦਾ ਮੈਨੂੰ ਲੱਗਦਾ, ਮੈਂ ਜਿੰਨੇ ਵੀ ਮੇਰੇ ਨਾਲ ਦੇ ਨੇ ਸਾਰਿਆਂ ਨਾਲੋਂ ਲੇਟ ਹੀ ਮੈਂ ਹਾਂ, ਅਤੇ ਸਾਰਿਆਂ ਦੀਆਂ ਫਿਲਮਾਂ ਆ ਗਈਆਂ ਕਾਫੀ। ਅਤੇ ਇੱਕ ਫਿਰ ਉਹੀ ਗੱਲ ਆ ਕਿ ਜਿਵੇਂ ਸ਼ੁਦਾਈ ਜਦੋਂ ਮੈਨੂੰ ਸੁਣਾਈ ਗਈ, ਅਤੇ ਹਰਜੋਤ ਭਾਅ ਜੀ ਡਾਇਰੈਕਟਰ ਸਾਹਿਬ ਉਹਨਾਂ ਨੇ ਲਿਖੀ ਵੀ ਹੈ, ਉਹਨਾਂ ਨੇ ਅਸਲ ਦੇ ਵਿੱਚ ਪਹਿਲਾਂ ਕਹਿੰਦੇ ਸੀਗੇ ਕਿ ਸ਼ਾਇਦ ਇਸ ਕਰੈਕਟਰ 'ਚ ਮੈਂ ਸੂਟ ਨਹੀਂ ਕਰੂੰਗਾ, ਕਿਉਂਕਿ ਜੋੜੀ ਫਿਲਮ ਦੇ ਵਿੱਚ ਕਰੈਕਟਰ ਡਿਫਰੈਂਟ ਸੀ ਐਂਡ ਗਾਣੇ ਵੀ ਉੱਦਾਂ ਦੇ ਹੈ, ਥੋੜ੍ਹਾ ਜਿਹਾ ਲੋਕਾਂ ਨੂੰ ਇਹ ਲੱਗਦਾ ਕਿ ਮੈਂ ਥੋੜ੍ਹਾ ਜਿਹਾ ਖਰੇ ਵੇ ਖੜੂਸ ਜਿਹਾ ਬੰਦਾ, ਹੈ ਨਾ, ਜਾਂ ਕੋਈ ਐਕਸ਼ਨ ਫਿਲਮ ਕਰੂੰਗਾ ਜਾਂ ਹੋਰ। ਅਤੇ ਹਰਜੋਤ ਭਾਅ ਜੀ ਨੂੰ ਵੀ ਡਾਊਟ ਸੀਗਾ ਪਹਿਲਾਂ ਤਾਂ ਕਿ ਵੀ ਸ਼ਾਇਦ ਆਪਾਂ ਵੀ ਤੁਸੀਂ ਨਹੀਂ, ਪਰ ਫਿਲਮ ਫਿਰ ਵੀ ਮੈਂ ਇਹਦੇ ਇਹਦੇ ਵਿੱਚ ਇਨਵੋਲਵਡ ਤਾਂ ਰਹਿੰਦਾ ਹੀ ਰਹਿੰਦਾ, ਕਿਉਂਕਿ ਹਰਜੋਤ ਭਾਅ ਜੀ ਮੇਰੇ ਡਾਇਰੈਕਟਰ ਸਾਹਿਬ ਮੇਰੇ ਦੋਸਤ ਆ ਬਹੁਤ ਪੁਰਾਣੇ, ਹੈ ਨਾ। ਅਤੇ ਜੋੜੀ ਤੋਂ ਬਾਅਦ ਹੁਣ ਐਕਟਰ ਤਾਂ ਐਕਟਰ ਹੀ ਹੈ, ਅਤੇ ਡਾਇਰੈਕਟਰ ਦੀ ਅੱਖ ਉਹਨਾਂ ਨੇ ਦੇਖ ਲਿਆ, ਹੈ ਨਾ, ਕਿ ਹਾਂ ਯਾਰ ਆਪਾਂ ਨੂੰ ਕਰਨੀ ਚਾਹੀਦੀ ਹੈ ਇਹ। ਸੋ ਤਾਂ ਕਰਕੇ ਮੈਂ ਇੱਕ ਉਸ ਚੀਜ਼ 'ਚੋਂ ਵੀ ਨਿਕਲਣਾ ਚਾਹੁੰਦਾ ਕਿ ਮੈਂ ਆਹ ਵੀ ਕਰ ਸਕਦਾ। ਸੋ ਫਿਲਮ ਦੇ ਦੌਰਾਨ ਬੜੀਆਂ ਚੀਜ਼ਾਂ ਐਸੀਆਂ ਹੋਈਆਂ, ਆਹ ਹੁਣ ਵੀ ਆਪਾਂ ਬੈਠੇ ਹੱਸੀ ਜਾਂਦੇ ਖੇਡੀਆਂ ਨੇ, ਮੈਨੂੰ ਲੱਗਦਾ ਵੀ ਮੈਂ ਪਹਿਲੀ ਇੰਟਰਵਿਊ ਆਇਆ ਸੀ ਜਿਹੜੀ ਮੈਂ ਇਸ ਤਰੀਕੇ ਨਾਲ ਕਰ ਰਿਹਾ, ਅਤੇ ਨਹੀਂ ਯੂਜਲੀ ਚੀਜ਼ਾਂ ਕੰਟਰੋਵਰਸੀ ਤੋਂ ਦੂਰ ਰਹਿੰਦਾ ਮੈਂ, ਮੇਰੀ ਕੋਸ਼ਿਸ਼ ਹੁੰਦੀ ਹੈ ਘੱਟ ਹੀ ਬੋਲਾਂ। ਹੁਣ ਫਿਲਮ ਦੇ ਰਿਲੇਟਡ ਆਪਾਂ ਗੱਲ ਕਰ ਰਹੇ ਹਾਂ, ਤਾਂ ਕਰਕੇ ਥੋੜ੍ਹਾ ਜਿਹਾ ਉਸ ਦਾ ਮਾਹੌਲ ਬਣਾਇਆ। I'm saying he's a very good actor. I mean, kuch utthe, you're okay holding this, right? Haan. Okay. So, kuch scenes sige. My supporting actor bhi. Thank you. PJ, but good one. But I was going to say ke kuch scenes sige ke banda sochta hai ke jitna de emotional excellence chahidi hai un scenes vaste. Main khud ina to zyada kaam karke, I'm sure I would have taken like more time, more thought and more takes, you know. Main last wale scene di gal kar rahi ha jo thonu realization hundi hai, hai na, and inhone jo khoobsurti naal oh take ditta, matlab I was literally like, I think mera expression film bhi thoda shock siga ki ki ho gaya, and it was very genuine, you know, like what is this. And then on top of that ke inhone dobara shot kita, but only for his own satisfaction, you know, and that's a mark of a true good mehnti dedicated actor. ਮਹਿੰਦੀ, ਵੈਸੇ ਤੁਸੀਂ ਨਾ ਇੰਡਸਟਰੀ 'ਚ ਬਹੁਤ ਸਾਰੇ ਆਰਟਿਸਟ ਨਾਲ ਕੰਮ ਕੀਤਾ ਆ, ਹਰਸਿਮਰਨ ਬਾਈ ਵੈਸੇ ਹੈ ਤਾਂ ਪੁਰਾਣੇ, ਬਟ ਐਕਟਿੰਗ ਵਾਈਜ਼ ਯੂ ਨੋ ਇੱਕ ਨਵੇਂ ਆ, ਨਵਾਂ ਚਿਹਰਾ ਆ, ਹੈ ਨਾ, ਮੇਨ ਲੀਡ ਵਾਸਤੇ ਨਵਾਂ ਆ, ਹੈ ਨਾ। ਜਦੋਂ ਨਵਾਂ ਐਕਟਰ ਸੋਹਣਾ ਕੰਮ ਕਰਦਾ, ਤੁਸੀਂ ਐਕਸਪੀਰੀਅੰਸਡ ਹੋ, ਤੁਸੀਂ ਫਿਲਮਸ ਕਾਫੀ ਕੀਤੀਆਂ ਨੇ, ਤੁਹਾਨੂੰ ਕਿੰਨਾ ਕਿ ਯੂ ਨੋ ਇੱਕ ਇੱਦਾਂ ਪੋਜ਼ਿਟਿਵਿਟੀ ਫੀਲ ਹੁੰਦੀ ਆ ਕਿ, ਕਿਉਂਕਿ ਨਾ ਜਦੋਂ ਬੀਇੰਗ ਐਕਸਪੀਰੀਅੰਸਡ ਆਰਟਿਸਟ ਸਾਨੂੰ ਪਤਾ ਲੱਗ ਜਾਂਦਾ ਕਿ ਫਿਲਮ ਇਸ ਟਾਈਮ ਕਿਹੜੇ ਲੈਵਲ 'ਤੇ ਸਟੈਂਡ ਕਰ ਰਹੀ ਹੈ, ਬਿਕੋਜ਼ ਐਕਟਰਸ ਦਾ ਕੰਮ ਵਧੀਆ ਹੋਣਾ ਬਹੁਤ ਇੰਪੋਰਟੈਂਟ ਆ। ਅਗਰ ਐਕਟਰਸ ਦਾ ਕੰਮ ਥੋੜ੍ਹਾ ਜਿਹਾ ਵੀ ਅਲੱਗ ਹੋਇਆ ਤਾਂ ਕਿਤੇ ਨਾ ਕਿਤੇ ਪੂਰੀ ਫਿਲਮ 'ਤੇ ਹੀ ਯੂ ਨੋ ਗ੍ਰਾਫ ਉਹਦਾ ਦਾ ਫਰਕ ਪੈਂਦਾ। ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਯੂ ਨੋ ਕੀ ਮਤ ਕੀ ਸੋਚਦੇ ਹੋ? ਲਾਈਕ ਦਿਸ ਫਿਲਮ ਇਜ਼ ਔਨ ਹਰਸਿਮਰਨਸ ਸ਼ੋਲਡਰਸ, ਜੇ ਆਪਾਂ ਚਲੋ ਐਵਰੀਬਡੀ ਇਜ਼ ਡੂਇੰਗ ਦੇ ਪਾਰਟ, ਹਰ ਇੱਕ ਕਿਰਦਾਰ ਜਸਟੀਫਾਈਡ ਹੈ, ਹਰ ਇੱਕ ਕਿਰਦਾਰ ਬਹੁਤ ਖੂਬਸੂਰਤੀ ਨਾਲ ਲਿਖਿਆ ਗਿਆ ਅਤੇ ਉਹਨੂੰ ਫਰਮਾਂਕਣ ਵੀ ਬਹੁਤ ਖੂਬਸੂਰਤ ਹੈ, ਬਟ ਜੋ ਇਹਦੀ ਜਿਹੜਾ ਮੁੱਦਾ ਹੈਗਾ ਹੈ
ਜੋ ਹਰਸਿਮਰਨ ਨੂੰ ਗੋਸਟ ਦਿਖਦੇ ਨੇ, ਫਿਰ ਉਹ ਗੋਸਟ ਜੋ ਇਹਨਾਂ ਦੇ ਅੰਦਰ ਆ ਕੇ ਬੋਲਦੇ ਨੇ, ਉਹਨਾਂ ਦੀ ਐਕਟਿੰਗ ਕਰਨਾ, ਯੂ ਨੋ, ਫਾਈਵ ਡਿਫਰੈਂਟ ਪੀਪਲ, ਫਾਈਵ ਡਿਫਰੈਂਟ ਕੈਰੈਕਟਰਸ. ਹੁਣ ਨਿਸ਼ਾ ਜੀ ਆ, ਸ਼ੀ ਇਜ਼ ਫੀਮੇਲ, ਰੋਂਦੇ ਰਹਿੰਦੇ ਨੇ, ਉਹਦੀ ਐਕਟਿੰਗ ਕਰਨਾ. ਫਿਰ ਸੁੱਖੀ ਜੀ, ਹੀ ਇਜ਼ ਅ ਡਰੰਕ, ਹੈ ਨਾ. ਕਰਮਜੀਤ ਅਨਮੋਲ ਜੀ ਗਾਉਂਦੇ ਰਹਿੰਦੇ ਨੇ, ਹੈ ਨਾ, ਕਰਮਜੀਤ ਜੀ ਉਹ ਗਾਉਂਦੇ ਰਹਿੰਦੇ ਨੇ. ਬਟ ਚਲੋ, ਉਹ ਤਾਂ ਚਲੋ ਦੇਖੋ ਤੁਸੀਂ ਸੀਨ ਬਾਈ ਸੀਨ ਕਰ ਸਕਦੇ ਹੋ, ਬਟ ਇੱਕ ਸੀਨ ਵਿੱਚ ਇਹਨਾਂ ਨੇ ਪੰਜਾਂ ਦੇ ਕਿਰਦਾਰਾਂ ਨੂੰ ਇੱਕ ਸੀਨ ਵਿੱਚ ਪਰਫੋਰਮ ਕੀਤਾ, ਜੋ ਮੈਂ ਪਹਿਲਾਂ ਕਦੇ ਨਹੀਂ ਦੇਖਿਆ. ਸੋ ਬੀਇੰਗ ਸਮਵਨ, ਲੈਟਸ ਸੇ ਕਿ ਮੋਰ ਐਕਸਪੀਰੀਅੰਸਡ, ਆਈ ਵਾਜ਼ ਲਾਈਕ ਸਮਵਨ ਲਾਈਕ ਅਨ ਐਮੇਚਰ, ਜਿੱਦਾਂ ਮੈਂ ਆਪਣੀ ਪਹਿਲੀ ਫਿਲਮ ਕਰ ਰਹੀ ਹਾਂ, ਹੀ ਇਜ਼ ਦ ਐਕਸਪਰਟ, ਯੂ ਨੋ. ਸੋ ਥੈਂਕ ਯੂ ਮੈਰੀ, ਵੀ ਨੀਡ ਮੋਰ ਟੈਲੈਂਟਡ ਪੀਪਲ. ਮੈਂ ਇਹਨਾਂ ਨੂੰ ਕਿੰਨੀ ਵਾਰੀ ਕਿਹਾ ਡਿਊਰਿੰਗ ਦ ਸ਼ੂਟ ਆਲਸੋ, ਕਿ ਇੰਨੀ ਲੇਟ ਕਿਉਂ ਸ਼ੁਰੂ ਕਰ ਰਹੇ ਹੋ, ਇੰਨਾ ਟੈਲੈਂਟ ਹੈ, ਇੰਨੀ ਵਧੀਆ ਐਕਟਿੰਗ ਕਰਦੇ ਹੋ, ਇੰਨੀ ਲਾਈਕ, ਯੂ ਨੋ, ਅਕੋਰਡਿੰਗ ਟੂ ਮੀ, ਮੀਨ ਸਟਿਲ ਨੋਟ ਟੂ ਲੇਟ, ਬਟ ਆਈ ਵਾਜ਼ ਐਕਸਪੈਕਟਿੰਗ ਹੀ ਮਸਟ, ਹੀ ਸ਼ੁਡ ਸਟਾਰਟਡ ਵਨ ਹੀ ਵਾਜ਼ ਲਾਈਕ 14 ਇਅਰਸ ਓਲਡ, ਯੂ ਨੋ. That's how good he is. So ਇੱਕ ਐਡ ਆਪਾਂ ਲਿਆਉਣੀ ਚਾਹਾਂਗੇ, ਚਾਹ ਲਿਆਓ ਜੀ ਵਿੱਚ ਇੰਟਰਵਿਊ 'ਚ, ਕਿਉਂਕਿ ਮੈਨੂੰ ਐਂ ਲੱਗਦਾ ਕਿ ਚਾਹ ਉਚਾਈ 'ਚ ਗੱਲਾਂ ਸੋਹਣੀਆਂ ਹੁੰਦੀਆਂ. ਆ ਚਾਹ ਦਾ ਸੜੂਕਾ ਸੁਣਾਓ ਮਾੜਾ ਜਿਹਾ. One second. Come on. You asked for it. Wait. Oh. Oh, ਹਾਂ, ਇਹ ਤਾਂ ਐਕਟਿੰਗ ਵਾਲਾ ਸੀ, ਸਾਡੇ ਤਾਂ ਵੈਸੇ ਹੀ ਹੋ ਜਾਂਦਾ ਦੇਖ ਲਾ. ਮੇਰੀ ਗੱਲ ਤਾਂ ਸੁਣੋ, ਮੈਂ ਖਾ ਲੋ ਯਾਰ, ਇਹ ਇੰਟਰਵਿਊ ਹੋ ਰਿਹਾ. ਚਲੋ ਭਾਅ ਜੀ, ਆ ਜਾਓ. ਤਾਰੀਫ ਹੋਣੀ, ਤਾਰੀਫ ਵੀ ਹੋਣੀ ਕਿਸੇ ਚੀਜ਼ ਦੀ, ਅਤੇ ਕ੍ਰਿਟੀਸਿਜ਼ਮ ਵੀ ਹੋਣਾ, ਦੋਨਾਂ ਨੂੰ ਨਾ ਤੁਹਾਨੂੰ ਡਬਲ ਚੈੱਕ ਕਰਨਾ ਚਾਹੀਦਾ ਐਜ਼ ਅ ਪਰਸਨ. ਮੈਂ ਕਰਦਾ ਹਾਂ, ਜੇ ਕੋਈ ਮੇਰੀ ਤਾਰੀਫ ਕਰਦਾ ਤਾਂ ਮੈਂ ਉਹ ਵੀ ਡਬਲ ਚੈੱਕ ਕਰਦਾ, ਡਬਲ ਚੈੱਕ ਤੋਂ ਬਿਨ ਵੀ ਡਬਲ ਕਰਦਾ ਕਿ ਯਾਰ ਕਿਉਂ ਕਰ ਰਹੇ ਹੈ, ਇੰਨਾ ਵਧੀਆ ਤਾਂ ਹੈ ਨਹੀਂ ਸੀ ਕੁਛ, ਕਿ ਵਧੀਆ ਹੀ ਸੀ. ਜੇ ਕੋਈ ਮਾੜਾ ਕਹਿੰਦਾ ਵੀ ਆਹ ਨਹੀਂ ਸੀ ਵਧੀਆ, ਫਿਰ ਵੀ ਉਹ ਦਿਮਾਗ 'ਤੇ ਦਿਲ 'ਤੇ ਨਹੀਂ ਲਾਉਣੀ ਗੱਲ ਵੀ ਅੱਛਾ ਇੰਨਾ ਮਾੜਾ ਸੀਗਾ ਕਿ ਇਹਨੇ ਊਂ ਕਹਿਤਾ. ਅੱਛਾ ਜੇ ਮਾੜਾ ਸੀਗਾ ਤਾਂ ਆਪਾਂ ਸੁਧਾਰ ਲਾਂਗੇ, ਸਮਝ ਗਏ ਨਾ, ਇਹ ਬਹੁਤ ਜ਼ਰੂਰੀ ਹੈ. ਐਂਡ ਕਰੀ ਬਾਈ, ਵੈਸੇ ਜ਼ਿੰਦਗੀ 'ਚ ਸ਼ੁਦਾਈ ਵਾਲੀ ਹਰਕਤ ਆਪਣੇ ਆਪ ਨੂੰ ਕਿਹੜੀ ਮਾੜੀ ਲੱਗੇ ਕਿ ਬਈ ਇਹ ਤਾਂ ਸੱਚੀ ਮੇਰੀ ਹਰਕਤ ਬਹੁਤ ਮਾੜੀ ਸੀਗੀ, ਸ਼ੁਦਾਈਆਂ ਵਾਲੀ ਸੀਗੀ, ਜਿਹੜੀ ਸਕੂਲ ਟਾਈਮ 'ਚ ਕੀਤੀ ਹੋਵੇ, ਕਾਲਜ ਟਾਈਮ 'ਚ ਕੀਤੀ ਹੋਵੇ, ਤੁਸੀਂ ਭਾਵੇਂ ਬੇਸ਼ੱਕ ਬਾਹਰ ਕੀਤੀ ਹੋਵੇ ਭਾਵੇਂ ਇੰਡੀਆ ਕੀਤੀ ਹੋਵੇ, ਕੋਈ ਵਰਸਟ ਮੈਨੂੰ ਹਰਕਤ ਦੱਸੋ ਜਿਹੜੀ ਤੁਹਾਨੂੰ ਵਾਕਈ ਇੱਕ ਫੀਲ ਕਰਾਉਂਦੀ ਹੈ ਕਿ ਯਾਰ ਉਹ ਮੇਰੇ ਦਿਮਾਗ 'ਚ ਨਹੀਂ ਜਾ ਸਕਦਾ. ਮੈਂ ਤਾਂ ਸਿਆਣਾ ਜਿਹਾ ਸੀਗਾ, ਮੈਂ ਨਹੀਂ ਦੱਸ ਸਕਦੀ ਹੈ ਤਾਂ, ਜਾਂ ਸਾਨੂੰ ਵਿਸ਼ਵਾਸ ਹੀ ਹੈ ਨਹੀਂ, ਸਾਨੂੰ ਵਿਸ਼ਵਾਸ ਹੀ ਹੈ ਨਹੀਂ, ਸਾਨੂੰ ਐਵੇਂ ਲੱਗਦਾ, ਮੈਨੂੰ ਐਵੇਂ ਲੱਗ ਰਿਹਾ ਕਿ ਗੱਲ ਬੜੀ ਡੂੰਘੀ ਹੈ. ਨਹੀਂ, ਇੱਕ ਹੋਵੇ ਤਾਂ ਦੱਸਾਂ, ਇੱਕ ਹੋਵੇ ਤਾਂ ਦੱਸਾਂ, ਬੜੀਆਂ ਐਸ ਬਹੁਤੀਆਂ, ਮੈਨੂੰ ਲੱਗਦਾ ਵੀ 99.99% ਤਾਂ ਕੈਮਰੇ 'ਤੇ ਦੱਸਣ ਵਾਲੀਆਂ ਨਹੀਂ. ਕਈ ਵਾਰੀ ਜੇ ਕੋਈ ਮੰਨ ਲਓ ਰੈਸਟੋਰੈਂਟ 'ਚ ਖਾਣਾ ਖਾਈ ਜਾਂਦਾ ਜਾਂ ਕੋਈ ਸਾਹਮਣੇ ਬੈਠਾ ਕੋਈ ਖਾਣਾ ਖਾਈ ਜਾਂਦਾ, ਉਹ ਪਹਿਲਾਂ ਤਾਂ ਮੈਂ ਜਾਣ ਕੇ ਐਂ ਉਹਦੇ ਪਲੇਟ ਵੱਲ ਦੇਖ ਕੇ ਐਂ ਕਰ ਦੇਣਾ, ਫਿਰ ਜਿਵੇਂ ਜਿਵੇਂ ਚਮਚ ਉੱਪਰ ਜਾ ਰਿਹਾ ਅੱਧ ਗਿਆ ਐਂ ਜੇ ਕਰ ਦੇਣਾ, ਸਾਹਮਣੇ ਵਾਲਾ ਬੰਦਾ ਦੇਖਦਾ ਯਾਰ ਤੂੰ ਹੀ ਖਾ ਲਾ ਪਹਿਲਾਂ, ਨਹੀਂ ਕੋਈ ਨਹੀਂ ਯਾਰ ਬਿਸਕੁਟ ਦੇਖਿਆ ਤੁਸੀਂ ਯਾ. ਸੋ ਇਹ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਹੈ ਨਾ. ਸੋ ਇੱਕ ਵਾਰੀ ਮੈਂ ਮੈਲਬਰਨ, ਆਈ ਥਿੰਕ ਅਸੀਂ ਸਟਰੀਟ 'ਤੇ ਸਮਾਸਟਰ ਸਟਰੀਟ 'ਤੇ ਜਾਈ ਜਾਂਦੇ ਸੀ, ਉੱਥੇ ਬੈਂਕ ਬੈਂਚ ਜਿਹਾ ਲੱਗਿਆ ਹੋਇਆ ਸੀ, ਉੱਥੇ ਨਾ ਕਈ ਜਣੇ ਨਿਆਣੇ
ਆਈਸਕ੍ਰੀਮ ਖਾਈ ਜਾਣ ਅਤੇ ਮੈਂ 5-7 ਸੀਗੇ ਅਤੇ ਮੈਂ ਵੀ ਜਾ ਕੇ ਸਾਹਮਣੇ ਖੜਾ ਹੋ ਗਿਆ, ਮੇਰੇ ਕੋਲ ਆਈਸਕ੍ਰੀਮ ਤਾਂ ਹੈ ਨਹੀਂ ਸੀ ਹੁਣ, ਮੈਂ ਸਾਰਿਆਂ ਨੂੰ ਐਂ ਕਰਦਾ ਆਈ ਦੇਖ ਦੇਖ ਕੇ ਐਂ ਕਰਨ ਲੱਗ ਗਿਆ and they were like what's happening man how like nah it's just kidding so aidan da kuch chalda rehnda hai na super and mendi ji please dasso sach sach dasso eh na kyo ki nahi hai ki koi hegi hai acha hundi vi hai na ekdam jadon koi puchda hai kuch so like so ji shekhar ji nu la liye phone oh god no I am what do I do oh bechara dukh ron lag ju ਮੈਂ ਜਾਣ ਕੇ ਇੱਥੇ ਲਾ ਕੇ ਰੱਖਦਾ ਤੇ ਸਾਹਮਣੇ ਵਾਲਾ ਨਹੀਂ ਦੱਸਦਾ ਹੁੰਦਾ ਕਈ ਵਾਰੀ ਵੀ ਤੇਰੇ ਕੁਛ ਲੱਗਿਆ ਪਿਆ, ਮੈਂ ਮੈਂ ਕਿਹਾ ਮੇਰੇ ਇੱਥੇ ਲੱਗਿਆ ਪਿਆ ਰਾਈਸ, ਤੂੰ ਮੈਨੂੰ ਦੱਸਿਆ ਕਿਉਂ ਨੀ, ਕਹਿੰਦੀ ਹਾਂ ਯਾਰ ਹਨਾ, ਮੈਂ ਇੱਦਾਂ ਕਰਕੇ ਸਾਹਮਣੇ ਵਾਲੇ ਬੰਦੇ ਨਾਲੇ ਅਲਕਤ ਆਈ ਜਾਂਦੀ ਹੁੰਦੀ ਹੈ ਚੀਜ਼ਾਂ ਦੀ, ਸੌਸ ਲਾ ਲਓ ਜਾਂ ਰਾਈਸ ਲਾ ਲਓ, ਮੈਂ ਕਿਹਾ ਯਾਰ ਮੈਂ ਇਹ ਦੇਖਦਾ ਸੀ ਤੂੰ ਮੇਰੀ ਨਹੀਂ ਕੇਅਰ ਕਰਦੀ ਹੈ ਵੀ ਤੂੰ ਮੈਨੂੰ ਦੱਸ ਕਿਉਂ ਨਹੀਂ ਰਹੀ ਹਨਾ, ਜਦੋਂ ਬੰਦੇ ਦੀ ਆਦਤ ਹੀ ਬਣ ਜਾਵੇ ਕਿ ਐਵਰੀ ਟਾਈਮ ਖਾਣਾ ਤਾਂ ਮੂੰਹ ਲਬੇੜਨਾ ਹੀ ਹੈ, ਮੈਂ ਇਕੱਠਾ ਹੀ ਮੂੰਹ ਧੋ ਲੈਣਗੇ ਬਾਅਦ ਵਿੱਚ, ਐਗਜ਼ੈਕਟਲੀ ਯੈਸ ਗ੍ਰੇਟ ਸੁਪਰਬ ਗਾਇਸ ਐਂਡ ਮੈਂਡੀ ਇੱਕ ਸੀਰੀਅਸ ਸਵਾਲ, ਵਿਆਹ ਤੋਂ ਬਾਅਦ ਜੀ ਲਾਈਫ ਕਿੰਨੀ ਕੁ ਬਦਲੀ ਹੈ? ਸੀ ਬਦਲੀ ਹੈ ਇਨ ਅ ਵੈਰੀ ਗੁੱਡ ਵੇ ਦੈਟ ਨਾਓ ਮੈਂ ਬਸ ਸਮਥਿੰਗ ਚੇਂਜ ਕਿਹੜਾ ਆਇਆ ਜਿਹੜਾ ਯਾਰ ਤੁਹਾਨੂੰ ਬਹੁਤ ਅੱਛਾ ਤੇ ਬਹੁਤ ਰਿਲੈਕਸ ਫੀਲ ਕਰਾਉਂਦਾ? ਮੇਰੇ ਨਾ ਹਾਂ ਉਹੀ ਮੇਰੀ ਪਰਸਨੈਲਿਟੀ ਵਿੱਚ ਚੇਂਜ ਇਹ ਆਇਆ ਕਿ ਨਾਓ ਆਈ ਡੋਂਟ ਫੀਲ, ਮੈਂ ਆਪਣੇ ਆਪ ਨੂੰ ਇਕੱਲਾ ਇਕੱਲਾ ਮਹਿਸੂਸ ਨਹੀਂ ਕਰਦੀ ਕਿ ਮੈਨੂੰ ਘਰ ਦਾ ਵੀ ਸਾਰਾ ਦੇਖਣਾ ਪੈਣਾ, ਆਪਣਾ ਵੀ ਜਿਸ ਜਨਰਲੀ ਮੋਮ ਡੈਡ ਇੱਥੇ ਹੈ ਨਹੀਂ ਅਬਰੋਡ ਰਹਿੰਦੇ ਨੇ, ਹੁਣ ਮੈਨੂੰ ਚੈਨ ਜਿਹਾ ਆ ਗਿਆ, ਰਿਲੈਕਸ ਰਹਿੰਦੀ ਹਾਂ ਕਿ ਕੁਛ ਵੀ ਹੈ ਮੇਰੇ ਕੋਲ ਕੋਈ ਹੈ ਜਿਹਨੂੰ ਮੈਂ ਕਹਿ ਸਕਦੀ ਹਾਂ ਆਹ ਕੰਮ ਕਰਨ ਵਾਲਾ ਕਰ ਲਈਏ, ਆਹ ਤੁਸੀਂ ਕਰ ਲਓ, ਆਹ ਮੈਂ ਕਰ ਲੈਂਦੀ ਹਾਂ ਨਾ, ਮੈਂ ਹੁਣ ਜਿੱਦਾਂ ਅੱਜ ਇੱਥੇ ਬੈਠੀ ਹਾਂ ਮੇਰੇ ਡੈਡ ਘਰੇ ਨੇ ਹੀ ਇਜ਼ ਵਿਜ਼ਿਟਿੰਗ, ਮੈਨੂੰ ਕੋਈ ਫਿਕਰ ਨਹੀਂ ਕਿ ਉਹ ਡੈਡ ਨੂੰ ਕੌਣ ਦੇਖੇਗਾ ਲੰਚ ਯੇ ਵੋ, ਆਈ ਨੋ ਸ਼ੇਖਰਸ ਦੈ ਯੂ ਨੋ ਐਂਡ ਉਹ ਇੰਨੇ ਮਤਲਬ ਚਲੋ ਆਪਾਂ ਲੈਟਸ ਨੋਟ ਗੈਟ ਇਨ ਟੂ ਦੈਟ ਟੂ ਮਚ, ਬਟ ਹੀ ਸੱਚ ਅ ਗੁੱਡ ਹਿਊਮਨ ਬੀਇੰਗ, ਹਸਬੈਂਡ ਐਂਡ ਐਵਰੀਥਿੰਗ ਛੱਡੋ, ਹੀ ਇਜ਼ ਸੱਚ ਅ ਹੈਲਪਫੁਲ ਹਿਊਮਨ ਬੀਇੰਗ ਕਿ ਮੈਂ ਹੈਲਪ ਮੰਗਾਂਗੀ ਤਾਂ ਮੇਰੀ ਤਾਂ ਇੱਦਾਂ ਕਰ ਦੇਣਗੇ, ਕਿਸੇ ਦੀ ਵੀ ਮਤਲਬ ਇੱਦਾਂ ਕਰ ਦੇਣਗੇ ਯੂ ਨੋ, ਸੋ ਦੈਨ ਦੈਟਸ ਅ ਗੁੱਡ ਚੇਂਜ, ਮਤਲਬ ਤੁਸੀਂ ਰਿਲੈਕਸ ਦੀ ਗੱਲ ਕਹੀ ਹੈ ਨਾ, ਸੋ ਆਮ ਵੈਰੀ ਰਿਲੈਕਸ ਨਾ ਕਿ ਆਈ ਕੈਨ ਬੀ ਹੇਅਰ ਐਂਡ ਛਿਲ ਐਂਡ ਡੂ ਮਾਈ ਵਰਕ ਆਰਾਮ ਨਾਲ। ਗ੍ਰੇਟ, ਇਸ ਕਾਸ਼ ਇਹ ਸਵਾਲ ਸ਼ੇਖਰ ਨੂੰ ਪੁੱਛਿਆ ਹੁੰਦਾ। ਯਾਰ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਿਮਰਨ ਬਾਈ ਸ਼ੇਖਰ ਬਾਈ ਨੂੰ ਇੰਨਾ ਹਾਈਲਾਈਟ ਕਿਉਂ ਕਰ ਰਹੇ ਆ, ਕਿਉਂ ਕਰ ਰਹੇ ਆ? ਉਹ ਸ਼ਦਾਈ ਹੋਇਆ ਪਿਆ ਭਰਾ, ਇੰਟਰਵਿਊ ਦੀ ਅਸੀਂ ਕਲਿੱਪਾਂ ਕੱਟ ਕੱਟ ਕੇ ਸ਼ੇਖਰ ਬਾਈ ਨੂੰ ਪਰਸਨਲੀ ਸੈਂਡ ਕਰਦੇ ਨੇ ਕਿ ਭਾਜੀ ਤੁਸੀਂ ਕਰਤੂਤ ਦੱਸੋ ਅੱਜ ਕੀ ਕੀਤੀ ਹੈ। ਇਵਨ ਲਾਸਟ ਨਾਈਟ ਸਾਡਾ ਕੱਲ ਕੀ ਸੀ ਆਪਣਾ ਉੱਥੇ ਫੰਕਸ਼ਨ ਹੀ ਸੀਗਾ ਸੌਂਗ ਲਾਂਚ, ਐਂਡ ਮੈਂ ਬਸ ਹੁਣੇ ਘਰ ਪਹੁੰਚੀ ਆ ਐਂਡ ਹਰਸਿਮਰਨ ਦਾ ਮੈਸੇਜ ਆਉਂਦਾ ਆ ਸ਼ੇਖਰ ਨੂੰ, bro I'm home come over hana and menu ina ne bas mara ja hello hi kehke oh apne oh socks paun la pe ne ahisa ko I'm leaving house bhai going her simran wapas aa gaya na and I was like I've just gotten home menu ta puch lo and he's like okay he start unhone formality ki thi 5 minute mein na balcony ch baithe and he's like hume jaama you know and then he went straight to her simran's house and I was like hun main pata karna chahni cuz main zyada puchdi nahi ke ki galla honiyan ya jo bhi hai shekhar bhaji badhiya ne vaise
ਸ਼ੇਖਰ ਭਾਈ ਵਧੀਆ ਇਜ਼ ਅਮੇਜ਼ਿੰਗ। ਵੈਸੇ ਜਿਹਦੀ ਵਾਈਫ ਮੈਂਡੀ ਹੋਵੇ ਕਿਵੇਂ ਨਹੀਂ ਇਨਸਾਨ ਵਧੀਆ ਹੋਊਗਾ ਯਾਰ। ਉਹ ਯਾਰ ਮੈਂ ਕਹਿਣਾ ਇਹ ਇੱਕ ਮਿੰਟ ਮੈਂ ਦੱਸਦਾ 99% ਜੇ ਜੈਨੂਨਲੀ ਕਹਾਂ 99% ਪੰਜਾਬ ਦਾ ਕਰਸ਼ ਹੈ ਮੈਂਡੀ ਸਿਰਾ ਯੈਸ ਐਕਚੁਅਲ ਹਾਂ ਸੀਰੀਅਸਲੀ ਹਨਾ ਤੇ ਕਰਸ਼ ਹਾਂ ਹਾਂ ਕੋਈ ਨਹੀਂ ਹੈਗਾ ਇਹਦੇ 'ਚ ਕੀ ਹੈ ਸ਼ੀ ਇਜ਼ ਪ੍ਰੀਟੀ ਬਿਊਟੀਫੁਲ ਹਨਾ ਸੋ ਇਹ ਤਾਂ ਕਲੀਅਰ ਹੀ ਹੈ ਨਾ ਜਿਹਨੂੰ ਮਰਜ਼ੀ ਪੁੱਛ ਲਓ ਮੈਂ ਕਹਿਣਾ ਤੁਹਾਨੂੰ ਕਿਉਂਕਿ ਜਦੋਂ ਦੀ ਯਾਰ ਤੁਹਾਡੀ ਫਿਲਮਾਂ ਆਈਆਂ ਨੇ ਤੇ ਕਹਿੰਦੇ ਯਾਰ ਮੈਂਡੀ ਕਿਹਾ ਯਾਰ ਕਿੰਨੀ ਸੋਹਣੀ ਯਾਰ ਕੁੜੀ ਸਭ ਤੋਂ ਸੋਹਣੀ ਆਰਟਿਸਟ ਥੈਂਕ ਯੂ ਦੋ ਚੈੱਕ ਹੋ ਗਏ ਤੁਹਾਡੇ ਦੋ ਚੈੱਕ ਹੋ ਗਏ ਤੁਹਾਡੇ ਅਸੀਂ ਬਾਅਦ ਮਿਲਦੇ ਹਾਂ ਐਂਡ ਹਰਸਿਮਰਨ ਬਾਈ ਬਾਹਰਲੀ ਦੁਨੀਆ ਤੇ ਇੱਥੇ ਦੀ ਦੁਨੀਆ 'ਚ ਬਾਈ ਇਹਦਾ ਫਰਕ ਕਿਉਂ ਆ ਕਿਹੜੀ ਬਾਹਰਲੀ ਦੁਨੀਆ ਫੋਰਨ ਫੋਰਨ ਅਬਰੋਡ ਹਾਂ ਬਸ ਉੱਥੇ ਡਿਸਿਪਲਿਨ ਆ ਚੀਜ਼ਾਂ ਦਾ ਬਟ ਮੈਨੂੰ ਲੱਗਦਾ ਕਿ ਆਰਟਿਸਟ ਬੇਸ਼ੱਕ ਸਾਡੇ ਜਿਵੇਂ ਤੁਸੀਂ ਹੈ ਨਾ ਚਲੋ ਪੁਰਾਣੇ ਟਾਈਮ ਤੋਂ ਬਾਹਰ ਰਹਿ ਰਹੇ ਹੋ ਬਟ ਫਿਰ ਵੀ ਨਾ ਕਿਤੇ ਚਿੱਤ ਇੱਕ ਮੋਹ ਪੰਜਾਬ ਨਾਲ ਲੱਗਿਆ ਰਹਿੰਦਾ ਉਹ ਤਾਂ ਬਹੁਤ ਇੱਥੇ ਪੰਜਾਬ ਵਰਗੀ ਤਾਂ ਐਸ਼ ਹੈ ਹੀ ਨਹੀਂ ਨਾ ਕਿਤੇ ਇੱਥੇ ਤਾਂ ਭਾਵੇਂ ਤੁਸੀਂ ਸਮਾਰਟ ਹੋ ਤੁਸੀਂ ਸ਼ਦਾਈ ਹੋ ਕੁਛ ਵੀ ਹੋ ਇੱਥੇ ਚੱਲ ਜਾਂਦਾ ਸਭ ਦਾ ਇੱਥੇ ਪੰਜਾਬ ਇਕੱਲੀ ਧਰਤੀ ਹੈ ਜਿੱਥੇ ਕੋਈ ਭੁੱਖਾ ਨਹੀਂ ਮਰਦਾ ਮੈਨੂੰ ਲੱਗਦਾ ਇੱਥੇ ਕੋਈ ਬੰਦਾ ਹੈ ਨਾ ਅਤੇ ਜੇ ਇੱਦਾਂ ਦੀ ਕੋਈ ਪ੍ਰੋਬਲਮ ਹੋ ਗਈ ਹੈ ਹੈਗੀ ਹੈ ਤਾਂ ਆਪਾਂ ਰਲ ਮਿਲ ਕੇ ਕਰ ਲੈਂਦੇ ਹਾਂ ਹੈ ਨਾ ਹੱਲ ਅਤੇ ਇਹ ਤਾਂ ਪੰਜਾਬ ਦਾ ਬਸ ਇਸ ਤੋਂ ਬੈਟਰ ਪਲੇਸ ਨਹੀਂ ਹੈਗੀ ਪੂਰੀ ਧਰਤੀ 'ਤੇ ਅਤੇ ਜਦੋਂ ਤੁਹਾਡੀ ਫਿਲਮ ਜਦੋਂ ਪਹਿਲੀ ਆਈ ਸੀਗੀ ਹੈ ਨਾ ਜਦੋਂ ਜੋੜੀ ਆਈ ਸੀਗੀ ਉਸ ਟਾਈਮ ਬਾਈ ਇੱਦਾਂ ਦੀ ਕਿਹੜੀ ਚੀਜ਼ ਹਰਸਿਮਰਨ ਨੂੰ ਟੱਚ ਕਰ ਗਈ ਜਿਹੜੀ ਕਿ ਯੂ ਨੋ ਉਸ ਤੋਂ ਬਾਅਦ ਮੁਲਾਕਾਤ ਤਾਂ ਨਹੀਂ ਹੋ ਪਾਈ ਬਟ ਡਿਊਰਿੰਗ ਦਾ ਟਾਈਮ ਆਫ ਅਦਰ ਫਿਲਮਸ ਪ੍ਰਮੋਸ਼ਨ ਮੈਂ ਸੁਣਦਾ ਰਿਹਾ ਹਾਂ ਕਿ ਹਰਸਿਮਰਨ ਬੜਾ ਬੂਸਟਅਪ ਅਤੇ ਬੜਾ ਹੀ ਜ਼ਿਆਦਾ ਯੂ ਨੋ ਕੌਨਫੀਡੈਂਟ ਹੁਣ ਨਜ਼ਰ ਆ ਰਿਹਾ ਜਾਂ ਅੱਗੇ ਆਉਣ ਵਾਲੇ ਟਾਈਮ 'ਚ ਪ੍ਰੋਜੈਕਟਸ ਉਹਨੇ ਐਸੇ ਸਾਈਨਡ ਕਰ ਲਏ ਨੇ ਜੀ ਇਹਦੀ ਫਿਲਮ ਤਾਂ ਗੱਲ ਕਰੂੰਗਾ ਕਰੂੰਗਾ ਹੋਰਾਂ ਦੀ ਵੀ ਚੀਜ਼ਾਂ ਮੈਨੂੰ ਪਤਾ ਨਹੀਂ ਉਹੀ ਤਾਂ ਗੱਲ ਹੈ ਨਾ ਇੱਕ ਵਾਰੀ ਦੇਖੋ ਚੀਜ਼ ਟੈਲੈਂਟ ਤਾਂ ਜੇ ਇਸ ਫੀਲਡ ਦੇ ਵਿੱਚ ਹੈ ਟੈਲੈਂਟ ਹੈਗਾ ਤਾਂ ਆ ਜਾਂਦੇ ਆ ਮੌਕਾ ਮਿਲ ਗਿਆ ਤਾਂ ਆ ਗਈ ਨਹੀਂ ਤਾਂ ਬਹੁਤੇ ਵਿਚਾਰੇ ਟ੍ਰੇਨਾਂ 'ਚ ਵੀ ਰੁਲ ਜਾਂਦੇ ਆ ਮੋਰ ਟੈਲੈਂਟਡ ਲੋਕ ਹੈ ਨਾ ਉਹ ਇੱਦਾਂ ਦੀ ਕੋਈ ਗੱਲ ਨਹੀਂ ਕੌਨਫੀਡੈਂਸ ਵੀ ਪਹਿਲਾਂ ਸੀ ਹੁਣ ਤੁਹਾਨੂੰ ਦੇਖਣ ਲੱਗ ਗਿਆ ਹੁਣ ਮੈਂ ਟੀ ਵੀ 'ਤੇ ਜਾਂ ਮੈਂ ਇੰਟਰਵਿਊਜ਼ ਜ਼ਿਆਦਾ ਦੇਖਣ ਲੱਗ ਗਿਆ ਇੱਦਾਂ ਦੀ ਗੱਲ ਹੋ ਗਈ ਇੱਕ ਆਹ ਫਿਲਮ ਤੋਂ ਮੈਨੂੰ ਬਹੁਤ ਉਮੀਦਾਂ ਹੈ ਮਿਸਟਰ ਸ਼ਦਾਈ ਫਿਲਮ ਮੈਂ ਕਹਿਣਾ ਵੀ ਵਨ ਆਫ ਦਾ ਬੈਸਟ ਪੰਜਾਬੀ ਫਿਲਮ ਹੋਣੀ ਹੈ ਇੰਨਾ ਮੈਂ ਔਨ ਕੈਮਰਾ ਕਹਿ ਰਿਹਾ ਤੁਹਾਨੂੰ ਵਨ ਆਫ ਦਾ ਬੈਸਟ ਪੰਜਾਬੀ ਫਿਲਮ ਹੋਣੀ ਸੋ ਇਹਨੇ ਮੈਨੂੰ ਕੌਨਫੀਡੈਂਸ ਬਹੁਤ ਦਿੱਤਾ ਅਸੀਂ ਸ਼ੂਟ ਦੇ ਵਿੱਚ ਵੀ ਜਿਹੜਾ ਐਂਡ ਵਾਲਾ ਸੀਨ ਆ ਸਾਡਾ ਜਦੋਂ ਨਵ ਲਹਿਲ ਭਾਅ ਜੀ ਮੈਨੂੰ ਚੱਕਦੇ ਆ ਸਰ ਉਸ ਦਿਨ 2 ਡਿਗਰੀ ਟੈਂਪਰੇਚਰ ਸੀ ਮੈਲਬਨ ਦੇ ਵਿੱਚ ਅਤੇ ਮੈਨੂੰ ਸਮੁੰਦਰ 'ਚ ਸਿੱਟਿਆ ਸੀ ਉਦੋਂ ਓਏ ਹੋਏ ਹੋਏ ਉੱਥੇ ਨਾ ਕੁਛ ਉਹ ਹੀਟਰ ਹੂਟਰ ਲਿਆਉਂਦੇ ਕਿਉਂਕਿ ਹਵਾ ਬੜੀ ਚੱਲਦੀ ਹੈ ਵੀ ਮਿਹਨਤ ਕਰਦੇ ਸਾਰੇ ਆ ਪਰ ਉਸ ਚੀਜ਼ ਨੂੰ ਰਿਐਲਿਟੀ ਦੇ ਵਿੱਚ ਲਿਆਉਣ ਲਈ ਜਾਂ ਹੋਰ ਚੀਜ਼ਾਂ ਕਰਨ ਲਈ ਅਸੀਂ ਇੰਨਾ ਕੁਛ ਕੀਤਾ ਉੱਥੇ ਕਿਉਂਕਿ ਜ਼ਿਆਦਾ ਵਿੰਟਰ ਹੀ ਸੀ ਉਦੋਂ ਉਸ ਟਾਈਮ ਉੱਥੇ ਅਤੇ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਡਿਊਰਿੰਗ ਸ਼ੂਟ ਹੋਈਆਂ ਉਦੋਂ ਐਂ ਵੀ ਲੱਗਦਾ ਹੁੰਦਾ ਸੀ ਕਿ ਹਾਂ ਰੱਬਾ ਇੰਨੀ ਮਿਹਨਤ ਕਰੀ ਜਾਂਦੇ ਹਾਂ ਵੀ ਮੁੱਲ ਪਾ ਦੀ ਹੈ ਨਾ ਐਂ ਇੱਦਾਂ ਦਾ ਚੱਲੀ ਜਾਂਦਾ ਇੱਕ ਸਵਾਲ ਤੁਹਾਨੂੰ ਦੋਨਾਂ ਨੂੰ ਮੈਨੂੰ ਲੱਗਦਾ ਕਿ ਜੇ ਉਹਨਾਂ ਆਰਟਿਸਟ ਬਾਰੇ ਗੱਲ ਨਾ ਕੀਤੀ ਜਾਵੇ ਤਾਂ ਥੋੜ੍ਹਾ ਜਿਹਾ ਯੂਨੋ ਹੋ ਜਾਂਦਾ ਕਿ ਯਾਰ ਵੀ ਕੋਈ ਚੀਜ਼ ਮਿਸ ਆ ਮੈਨੂੰ ਇੱਦਾਂ ਲੱਗੂਗੀ ਜੇ ਤੁਸੀਂ ਨਹੀਂ ਜਵਾਬ ਦੇਣਾ ਚਾਹੋਗੇ ਤਾਂ ਇਟਸ ਓਕੇ ਮੈਂ ਗੱਲ ਕਰੂੰਗਾ ਕਰਮਜੀਤ ਅਨਮੋਲ ਭਾਈ ਦੀ ਕਰਮਜੀਤ ਅਨਮੋਲ ਭਾਈ ਜੀ ਆਪਣੀ ਇੰਡਸਟਰੀ ਦੇ ਵੈਰੀ ਵੈਲ ਟੈਲੈਂਟਿਡ ਐਕਟਰ ਮੰਨੇ ਜਾਂਦੇ ਆ ਬਹੁਤ ਹੀ ਜ਼ਿਆਦਾ ਡੈਡੀਕੇਟਿਡ ਨੇ ਅਤੇ ਪੈਸ਼ਨੇਟ ਨੇ ਇਸ ਫਿਲਮ 'ਚ ਵੀ ਉਹਨਾਂ ਨੇ ਕੰਮ ਕੀਤਾ ਆ ਅਤੇ ਤੁਸੀਂ ਉਹਨਾਂ ਪਰਸਨਲ ਨੋਟ 'ਤੇ ਵੀ ਉਹਨਾਂ ਦੀ ਯੂਨੋ ਡਿਊਰਿੰਗ ਅ ਟਾਈਮ ਆਫ ਇਲੈਕਸ਼ਨ ਉਹਨਾਂ ਦਾ ਸਾਥ ਦਿੱਤਾ ਆ ਉਹ ਦੋਸਤੀ ਲਗਾ ਲਓ ਭਾਈਬੰਦੀ ਲਗਾ ਲਓ ਜਾਂ ਇੰਡਸਟਰੀ ਦਾ ਪਾਰਟ ਲਗਾ ਲਓ ਜਾਂ ਇੱਕ ਸੀਨੀਅਰ ਦੀ ਰਿਸਪੈਕਟ ਲਗਾ ਲਓ
ਹਨਾ, ਤਾਂ ਮੈਂ ਜ਼ਰੂਰ ਉਹਨਾਂ ਬਾਰੇ ਜਾਣਨਾ ਚਾਹੂੰਗਾ ਕਿ ਜ਼ਿੰਦਗੀ 'ਚ ਨਾ ਹਾਰ ਜਿੱਤ ਉੱਤੇ ਨੀਚੇ ਚੱਲਦੀ ਆ, ਹਰ ਇੱਕ ਜ਼ਿੰਦਗੀ ਦੀ ਲਾਈਫ ਦਾ ਪਾਰਟ ਆ ਕਿ ਇਨਸਾਨ ਹਾਰਦਾ ਹੈ ਜਿੱਤਦਾ, ਬਟ ਇਨਸਾਨ ਨੂੰ ਮੈਨੂੰ ਲੱਗਦਾ ਕਿ ਆਰਟਿਸਟ ਚੰਗੇ ਤਰੀਕੇ ਨਾਲ ਸਮਝਦਾ ਕਿ ਯਾਰ ਉਹਨੂੰ ਨਿਕਲਣਾ ਆਉਂਦਾ, ਪਰ ਲੋਕ ਜਿਹੜੇ ਹੈਗੇ ਨੇ ਉਹਨੂੰ ਸੈਡਨੈਸ ਇੱਕ ਪਾਰਟ ਬਣ ਜਾਂਦੀ ਹੈ ਜ਼ਿੰਦਗੀ ਦਾ ਕਿ ਯਾਰ ਕਿਸ ਚੀਜ਼ ਤੋਂ ਰੁੱਕ ਗਏ। ਪਰ ਤੁਸੀਂ ਬਾਈ ਬਾਰੇ ਕੀ ਕਹਿਣਾ ਚਾਹੋਗੇ ਕਰਮਜੀਤ ਭਾਈ ਬਾਰੇ? ਨਹੀਂ ਜੀ, ਉਹਨਾਂ ਨੇ ਉੱਥੇ ਵੀ ਮਿਹਨਤ ਕੀਤੀ ਹੈ, ਚੀਜ਼ਾਂ ਲਾਈਫ ਦੇ ਵਿੱਚ ਕਈ ਵਾਰੀ ਇੱਧਰ ਉੱਧਰ ਹੋ ਜਾਂਦੀਆਂ ਹੁੰਦੀਆਂ ਅਤੇ ਕੋਈ ਮਲਾਲ ਨਹੀਂ, ਜਿਹੜਾ ਡਿਜ਼ਰਵ ਕਰਦਾ ਸੀ ਉਹ ਜਿੱਤ ਗਿਆ। ਸੋ ਇਸ ਚੀਜ਼ ਨੂੰ ਅਸੀਂ ਉਹ ਕਰਮਜੀਤ ਭਾਅ ਜੀ ਵੀ ਉਹ ਕਹਿੰਦੇ ਯਾਰ ਹਾਂ ਉਹ ਡਿਜ਼ਰਵ ਕਰਦਾ ਸੀ ਉਹ ਜਿੱਤ ਗਏ, ਇਹ ਚੀਜ਼ ਨੂੰ ਐਕਸੈਪਟ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ, ਰਾਈਟ? ਅਤੇ ਵਧੀਆ ਗੱਲ ਹੈ, ਉਹਨਾਂ ਨੂੰ ਵੀ ਵਧਾਈਆਂ। ਦੇਖੋ ਜਦੋਂ ਦੋ ਮੱਲ ਲੜਦੇ ਹੈ ਨਾ ਅਖਾੜੇ ਦੇ ਵਿੱਚ, ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਹਾਰਨਾ ਹੁੰਦਾ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਸ ਤੋਂ ਬਾਅਦ ਵੀ ਉਹ ਲੜਦੇ ਰਹਿਣ ਜਾਂ ਉਹ ਕਰਦੇ ਰਹਿਣ। ਸਮਾਂ ਦੀ ਸਾਨੂੰ ਤਾਂ ਜੇ ਕਿਤੇ ਉੱਥੋਂ ਜਿਹੜੇ ਜਿੱਤੇ ਨੇ ਖਾਲਸਾ ਜੀ, ਜੇ ਕਿਤੇ ਉਹ ਅਸੀਂ ਮੈਂ ਕਹਿਣਾ ਖੁਸ਼ਕਿਸਮਤ ਹੋਵਾਂਗੇ ਕਦੇ ਉਹਨਾਂ ਦੇ ਵੀ ਮਾੜੇ ਮੋਟੇ ਅਸੀਂ ਉਹਨਾਂ ਤੋਂ ਕੰਮ ਲੈ ਲਈਏ ਜਾਂ ਕਦੇ ਕੰਮ ਆ ਗਏ, ਕੋਈ ਚੱਕਰ ਵਾਲੀ ਗੱਲ ਨਹੀਂ। ਆਈ ਫੀਲ ਕਿ ਯੂਜਲੀ ਲੋਕਾਂ ਨੂੰ ਲੱਗਦਾ ਹੁੰਦਾ ਕਿ ਜੇ ਤੁਸੀਂ ਕਿਸੇ ਦੀ ਸਪੋਰਟ ਕਰ ਰਹੇ ਹੋ ਤਾਂ ਤੁਸੀਂ ਬਾਕੀ ਸਾਰਿਆਂ ਦੇ ਖਿਲਾਫ ਆ, ਇੱਦਾਂ ਕੁਛ ਨਹੀਂ ਹੁੰਦਾ। ਯੂ ਨੋ ਅਸੀਂ ਕਰਮਜੀਤ ਅਨਮੋਲ ਜੀ ਨੂੰ ਉਹ ਸਾਡੇ ਸਾਰਿਆਂ ਦੇ ਹੀ ਬਹੁਤ ਚਾਹੀਦੇ ਨੇ, ਇੰਡਸਟਰੀ ਦੇ, ਸਾਡੇ ਆਡੀਅੰਸਿਸ ਦੇ। ਸੋ ਉਹ ਕਦੇ ਵੀ ਕੁਛ ਵੀ ਕਰਨਗੇ ਅਸੀਂ ਸਪੋਰਟ ਕਰਾਂਗੇ, ਯੂ ਨੋ ਵੈਦਰ ਹੀ ਵਿਨਸ ਐਂਡ ਲੂਜ਼ਸ। ਗਿੱਪੀ ਭਾਈ ਸੈਡ ਦਾ ਸੇਮ ਥਿੰਗ। ਮੈਨੂੰ ਲੱਗਦਾ ਕਿ ਆਰਟਿਸਟਿਕ ਯੂ ਨੋ ਸਾਰਿਆਂ ਦਾ ਐਸਾ ਚਾਹੇਤਾ ਹੁੰਦਾ ਜਦੋਂ ਉਹ ਇਨਸਾਨ, ਮੈਨੂੰ ਲੱਗਦਾ ਗਰੋਥ ਹਰ ਕਿਸੇ ਆਰਟਿਸਟ ਦੀ ਜ਼ਰੂਰੀ ਆ, ਹੈ ਨਾ? ਕੋਈ ਕਿਸੇ ਫੀਲਡ ਵੱਲ ਜਾਣਾ ਚਾਹੁੰਦਾ, ਕੋਈ ਕਿਸੇ ਫੀਲਡ ਵੱਲ ਜਾਣਾ ਚਾਹੁੰਦਾ, ਬਟ ਇਹ ਚੀਜ਼ਾਂ ਗਰੋਥ ਦਾ ਪਾਰਟ ਨੇ। ਐਂਡ ਐਟ ਦਾ ਐਂਡ ਮੈਂ ਇਹੀ ਕਹਿਣਾ ਚਾਹੂੰਗਾ ਕਿ ਤੁਹਾਡੀ ਫਿਲਮ ਨੂੰ ਆਈ ਹੋਪ ਐਂਡ ਆਈ ਵਿਸ਼ ਕਿ ਬਹੁਤ ਜ਼ਿਆਦਾ ਐਪਰੀਸੀਏਸ਼ਨ ਮਿਲੇ, ਸੋ ਦੈਟ ਇਹ ਵਾਲੀ ਪਿਆਰੀ ਜੋੜੀ ਅਤੇ ਫਨੀ ਜੋੜੀ ਸਾਨੂੰ ਦੁਬਾਰਾ ਦੇਖਣ ਨੂੰ ਮਿਲੇ, ਬਿਕੋਜ਼ ਆਈ ਲਵ ਦਾ ਕਨਵਰਸੇਸ਼ਨ ਵਿਦ ਯੂ ਗਾਈਜ਼। ਮੈਨੂੰ ਲੱਗਦਾ ਤੁਸੀਂ ਬੜਾ ਨਾ ਐਨਰਜੈਟਿਕ ਕਨਵਰਸੇਸ਼ਨ ਨੂੰ ਬਣਾ ਕੇ ਰੱਖਿਆ, ਐਂਡ ਤੁਹਾਡੀ ਐਨਰਜੀ, ਤੁਹਾਡੇ ਦੋਨਾਂ ਦੀ ਐਨਰਜੀ ਮੈਨੂੰ ਬਹੁਤ ਪਿਆਰੀ ਲੱਗੀ। ਐਂਡ ਆਈ ਹੋਪ ਤੁਹਾਡੇ ਲਈ ਬਹੁਤ ਖਾਸ ਖਬਰ ਕਿ ਹਰਸਿਮਰਨ ਤੇ ਮੈਂਡੀ ਤੱਖਰ ਜੀ ਦੀ ਫਿਲਮ ਆ ਰਹੀ ਹੈ ਜੀ 21 ਜੂਨ ਨੂੰ ਮਿਸਟਰ ਸ਼ਦਾਈ, ਇੱਕ ਵਾਰੀ ਜ਼ਰੂਰ ਦੇਖਿਓ ਅਤੇ ਦੱਸਣਾ ਜ਼ਰੂਰ ਕਿ ਕਿਵੇਂ ਲੱਗੀ। ਬਹੁਤ ਸਾਰਾ ਪਿਆਰ, ਸਤਿਕਾਰ, ਧੰਨਵਾਦ ਜੀ। ਐਵੇਂ ਤੁਸੀਂ ਵੀ ਕਰ ਬੋਲ ਦਿਓ। ਮੈਂ ਥੋੜ੍ਹਾ ਐਡ ਕਰਾਂਗੀ, ਇੱਕ ਵਾਰੀ ਨਹੀਂ ਦੋ ਤਿੰਨ ਵਾਰ ਦੇਖਿਓ ਪੂਰੇ ਪਰਿਵਾਰ ਦੇ ਨਾਲ 21 ਜੂਨ ਮਿਸਟਰ ਸ਼ਦਾਈ ਜ਼ਰੂਰ ਦੇਖਿਓ। ਥੈਂਕ ਯੂ ਸੋ ਮਚ ਗਾਇਸ, ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ।